ਸੀ ਰਾਜ਼ ਮੇਰਾਜ ਮੁਹੱਬਤਾਂ ਦਾ, ਨਹੀਂ ਸੀ ਕਿਸੇ ਦੀ ਸਮਝ ਵਿੱਚ ਆਉਣ ਵਾਲਾ, ਸੱਦਿਆ ਤਾਲਿਬ ਤੇ ਗਿਆ ਮਤਲੂਬ ਉੱਥੇ, ਜਿਬਰਾਈਲ ਸੀ ਸਦ ਲੈ ਜਾਣ ਵਾਲਾ, ਬਾਜ਼ੇ ਆਖਦੇ ਬਿਨ ਦਰਵਾਜ਼ਿਆਂ ਤੋਂ ਕਿਵੇਂ ਪਹੁੰਚਿਆ ਅਰਸ਼ ਤੇ ਜਾਣ ਵਾਲਾ, ਅਬਰ ਅਕਲ ਨੂੰ ਇੱਥੇ ਦਖਲ ਕੀਏ ਜਾਣੇ ਜਾਣ ਵਾਲਾ ਯਾ ਲੈ ਜਾਣ ਵਾਲਾ। ਇਹ ਮੇਰੇ ਰੱਬ ਕਾ ਦਾਵਾ ਹੈ, ਆਪਣੇ ਮਹਿਬੂਬ ਕੋ ਸੈਰ ਮੈਨੇ ਕਰਵਾਈ। ਅੱਛਾ, ਸੈਰ ਕਰਵਾਈ ਕਿਉਂ? ਤੋ ਕਹਾ ਕਿ ਮੈਂ ਆਪਣੇ ਅਜਾਇਬ ਕੁਦਰਤ ਕੀ ਨਿਸ਼ਾਨੀਆਂ ਆਪਣੇ ਅਬਦੇ ਖਾਸ ਕੋ, ਅਬਦੇ ਮੁਨੀਬ ਕੋ, ਅਬਦੇ ਮੁਖਤਾਰ ਕੋ, ਅਬਦੇ ਮੁਕਰਮ ਕੋ ਦਿਖਾਨਾ ਚਾਹਤਾ ਹੂੰ। ਔਰ ਫਿਰ ਅੱਲਾਹ ਜੱਲਾ ਸ਼ਾਨਹੂ ਨੇ ਆਪਣੇ ਮਹਿਬੂਬ ਕੋ ਇਤਨੀ ਨਿਸ਼ਾਨੀਆਂ ਦਿਖਾਈ ਜਿਨ ਕਾ ਤਾਲੁਕ ਦੇਖਣੇ ਸੇ ਵੀ ਥਾ, ਜਿਨ ਕਾ ਤਾਲੁਕ ਵਿਜਦਾਨ ਸੇ ਵੀ ਥਾ, ਮਾਸੂਸਾਤ ਸੇ ਵੀ ਥਾ, ਸੁਨਨੇ ਸੇ ਵੀ ਥਾ। ਕਭੀ ਹਜ਼ੂਰ ਅਲੈਹਿ ਸਲਾਤੁ ਵਸਲਾਮ ਜੰਨਤ ਕੀ ਖੁਸ਼ਬੂ ਸੂੰਘਤੇ ਹੈ, ਨਜ਼ਾਰੋਂ ਕੀ ਵਾਦੀ ਦੇਖਤੇ ਹੈਂ, ਔਰ ਕਭੀ ਦੋਜ਼ਖ ਕੇ ਅੰਦਰ ਅਜ਼ਾਬੋਂ ਮੇਂ ਮੁਬਤਲਾ ਲੋਗੋਂ ਕੋ ਦੇਖਤੇ ਹੈਂ। ਔਰ ਫਿਰ ਆਪਣੀ ਉਮਤ ਕੋ ਬਿਆਨ ਵੀ ਫਰਮਾਇਆ ਤਾਕਿ ਵੋ ਉਨ ਆਮਾਲ ਬਦ ਸੇ ਬਚ ਜਾਏ ਜੋ ਜਹੰਨਮ ਮੇਂ ਲੈ ਜਾਣੇ ਕਾ ਸਬਬ ਔਰ ਜ਼ਰੀਆ ਹੈ। ਆਜ ਕੀ ਸ਼ਬੇ ਖਾਸ ਮੇਂ ਮੈਂ ਔਰ ਆਪ ਆਪਣੀ ਜ਼ਿੰਦਗੀਓਂ ਪੇ ਗੌਰ ਕਰੇਂ, ਔਰ ਹਜ਼ੂਰ ਅਲੈਹਿ ਸਲਾਮ ਨੇ ਵੋ ਜੋ ਹਮੇਂ ਖਬਰੇਂ ਦੀ ਹੈ ਉਨਕੋ ਦੇਖੇਂ, ਔਰ ਕੋਈ ਐਸੀ ਕੋਤਾਹੀ ਕਹੀਂ ਹਮਾਰੇ ਆਮਾਲ ਮੇਂ ਤੋ ਨਹੀਂ ਹੈ, ਅਗਰ ਹੈ ਤੋ ਉਸਕੋ ਆਪਣੇ ਸੇ ਦੂਰ ਕਰਕੇ ਇੱਕ ਨਈ ਜ਼ਿੰਦਗੀ ਕਾ ਆਜ ਸੇ ਆਗਾਜ਼ ਕਰੇਂ। ਹਜ਼ੂਰ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ ਕਿ ਮੈਨੇ ਕੁਛ ਲੋਗੋਂ ਕੋ ਦੇਖਾ ਕਿ ਪੱਥਰੋਂ ਸੇ ਉਨਕੇ ਸਰ ਕੁਚਲੇ ਜਾ ਰਹੇ ਹੈਂ, ਔਰ ਪੱਥਰੋਂ ਸੇ ਕੁਚਲਨੇ ਕੀ ਵਜ੍ਹਾ ਸੇ ਉਹ ਲੋਗੋਂ ਕੇ ਸਰ ਕੀਮੇ ਕੀ ਤਰ੍ਹਾਂ ਹੋ ਜਾਤੇ, ਕੂਟ ਦੀਏ ਜਾਤੇ ਹੈ ਪੱਥਰੋਂ ਸੇ, ਲੇਕਿਨ ਥੋੜ੍ਹੀ ਦੇਰ ਕੇ ਬਾਅਦ ਫਿਰ ਸਹੀ ਹੋ ਜਾਤੇ ਹੈ, ਲੇਕਿਨ ਫਿਰ ਦੁਬਾਰਾ ਉਨਕੇ ਸਰ ਕੁਚਲੇ ਜਾਤੇ। ਤੋ ਮੈਨੇ ਪੂਛਾ ਜਿਬਰੀਲ ਯੇ ਕੌਣ ਲੋਗ ਹੈ, ਤੋ ਕਹਾ ਕਿ ਯੇ ਵੋ ਲੋਗ ਹੈ ਕਿ ਜਿਨਕੇ ਸਰ ਨਮਾਜ਼ ਕੀ ਵਜ੍ਹਾ ਸੇ ਬੋਝਲ ਰਹਿਤੇ ਥੇ, ਨਮਾਜ਼ ਜਿਨਕੋ ਬੜੀ ਭਾਰੀ ਲਗਤੀ ਥੀ, ਅਜ਼ਾਨ ਕੀ ਆਵਾਜ਼ ਸੁਨਤੇ ਔਰ ਫਿਰ ਦੁਬਾਰਾ ਸਰਹਾਨੇ ਪੇ ਸਰ ਡਾਲ ਦੇਤੇ ਔਰ ਉੱਠਣੇ ਕੀ ਹਿੰਮਤ ਨਾ ਪੜਤੀ। ਹਈਆ ਆਲਾ ਸਲਾਹ, ਹਈਆ ਆਲ ਫਲਾਹ ਕੀ ਦਿਲ ਫਰੇਬ ਸਦਾਏ ਕਾਨੋਂ ਮੇਂ ਪੜਤੀ। ਤੋ ਇਨਕੇ ਸਰ ਨਮਾਜ਼ ਕੀ ਵਜ੍ਹਾ ਸੇ ਬੋਝਲ ਹੋਤੇ ਥੇ, ਔਰ ਆਜ ਇਨਕੇ ਸਰ ਪੱਥਰੋਂ ਸੇ ਕੂਟੇ ਜਾ ਰਹੇ। ਇਸ ਪੂਰੇ ਇਜਤਮਾ ਮੇਂ ਜੋ ਇਸ ਗਰਾਊਂਡ ਕੇ ਕਿਨਾਰੋਂ ਤੱਕ ਹੈ ਔਰ ਬਾਹਰ ਗਲੀ ਮੇਂ ਵੀ ਇਸ ਲਾਊਡ ਸਪੀਕਰ ਕੇ ਜ਼ਰੀਏ ਸੇ ਬਾਜ਼ਾਰ ਮੇਂ ਵੀ ਸੜਕ ਪਰ ਵੀ ਆਵਾਜ਼ੇਂ ਪਹੁੰਚ ਰਹੀ ਹੋਂਗੀ, ਤੋ ਆਪ ਸਭ ਔਰ ਮੈਂ ਗੌਰ ਕਰੇਂ ਕਿ ਹਮਾਰੀ ਜ਼ਿੰਦਗੀ ਮੇਂ ਕਹੀਂ ਨਮਾਜ਼ ਸੇ ਕੋਤਾਹੀ ਤੋ ਨਹੀਂ ਹੈ। ਔਰ ਯੇ ਵੀ ਸੁਣ ਲੀਜੀਏ ਕਿ ਯੇ ਮੇਰਾਜ ਕਾ ਤੋਹਫਾ ਏ ਖਾਸ ਹੈ ਜੋ ਹਜ਼ੂਰ ਲੈ ਕਰ ਆਏ ਹੈਂ। ਇਸੀ ਲਈ ਅਸਲਾ ਤੋ ਮੇਰਾਜ ਉਲ ਮੋਮਿਨੀਨ ਕਹਾ ਗਿਆ ਕਿ ਨਮਾਜ਼ ਅਹਿਲੇ ਈਮਾਨ ਕੇ ਲੀਏ ਮੇਰਾਜ ਹੈ, ਹਜ਼ੂਰ ਕਾ ਮੇਰਾਜ ਤੋ ਯੇ ਕਿ ਦੀਦਾਰ ਇਲਾਹੀ ਕੀਆ ਔਰ ਵਹਾਂ ਤੱਕ ਪਹੁੰਚੇ ਜਹਾਂ ਕਿਸੀ ਕਾ ਤਸੱਵਰ ਵੀ ਨਹੀਂ ਪਹੁੰਚ ਸਕਤਾ। ਲੇਕਿਨ ਇਸ ਉਮਤ ਕੇ ਲੀਏ ਮੇਰਾਜ ਯੇ ਹੈ ਕਿ ਜਬ ਵੋ ਪੇਸ਼ਾਨੀ ਸਜਦੇ ਮੇਂ ਰੱਖ ਕੇ ਸੁਭਾਨ ਰੱਬੀ ਅਲ ਆਲਾ ਕਹਿਤੀ ਹੈ, ਇਤਨੀ ਰਹਿਮਤੇ ਬਰਸਤੀ ਹੈ ਕਿ ਅਗਰ ਲੋਗੋਂ ਕੋ ਪਤਾ ਚਲ ਜਾਏ ਕਿ ਹਮ ਜਬ ਸਜਦੇ ਮੇਂ ਹੋਤੇ ਹੈ ਤੋ ਕਿਤਨੀ ਰਹਿਮਤੇ ਬਰਸਤੀ ਹੈ, ਤੋ ਵੋ ਸਜਦੇ ਸੇ ਸਰ ਹੀ ਨਾ ਉਠਾਏ, ਇਤਨੀ ਰਹਿਮਤੋਂ ਕਾ ਨਜ਼ੂਲ ਹੋਤਾ ਹੈ। ਇਸ ਲਈ ਇਸ ਉਮਤ ਕਾ ਮੇਰਾਜ ਯਹ ਹੈ ਕਿ ਯੇ ਪੰਜ ਗਾਨਾ ਨਮਾਜ਼ ਸ਼ਿਆਰੇ ਜ਼ਿੰਦਗੀ ਬਣਾ ਲੇ, ਕਭੀ ਵੀ ਨਮਾਜ਼ ਕਜ਼ਾ ਨਾ ਹੋਣੇ ਦੇ, ਆਪਣੀ ਜ਼ਿੰਦਗੀ ਮੇਂ ਨਮਾਜ਼ੋਂ ਕੋ ਇਸ ਤਰ੍ਹਾਂ ਸ਼ਾਮਿਲ ਕਰੇ ਕਿ ਨਮਾਜ਼ ਕਾ ਵਕਤ ਆਏ ਤੋ ਬੇਚੈਨੀ ਹੋ ਕੇ ਨਮਾਜ਼ ਕੀ ਅਦਾਇਗੀ ਹੋ, ਔਰ ਇੱਕ ਨਮਾਜ਼ ਕੇ ਬਾਅਦ ਦੂਸਰੀ ਨਮਾਜ਼ ਕਾ ਇੰਤਜ਼ਾਰ ਕਰਨੇ ਲੱਗ ਜਾਏ। ਹਜ਼ੂਰ ਨਮਾਜ਼ ਕੋ ਆਂਖੋਂ ਕੀ ਠੰਡਕ ਕਰਾਰ ਦੇ, ਬਿਲਾਲ ਹਬਸ਼ੀ ਕੋ ਜਬ ਅਜ਼ਾਨ ਕੇ ਲੀਏ ਕਹਤੇ ਤੋ ਯੇ ਫਰਮਾਤੇ ਅਰੇਹ ਨਾ ਯਾ ਬਿਲਾਲ, ਬਿਲਾਲ ਉੱਠੋ ਔਰ ਹਮਾਰੇ ਸੀਨੇ ਕੋ ਰਾਹਤ ਪਹੁੰਚਾ ਦੋ, ਤੋ ਨਮਾਜ਼ ਸੇ ਹਜ਼ੂਰ ਕੇ ਕਲਬ ਕੋ ਹਜ਼ੂਰ ਕੇ ਸੀਨੇ ਕੋ ਰਾਹਤ ਪਹੁੰਚਦੀ ਥੀ। ਮੈਂ ਔਰ ਆਪ ਜਿਤਨੇ ਲੋਕ ਯਹਾਂ ਆਏ ਹੈ ਔਰ ਜਿਸ ਹਜੂਮ ਕੇ ਸਾਥ, ਜਿਸ ਸ਼ੌਕ ਕੇ ਸਾਥ, ਜਿਸ ਵਲਵਲੇ ਕੇ ਸਾਥ ਔਰ ਜਿਸ ਮੁਹੱਬਤ ਕੇ ਸਾਥ ਆਏ ਹੈ, ਯਕੀਨਨ ਆਪ ਔਰ ਮੈਂ ਹਜ਼ੂਰ ਕੋ ਰਾਜ਼ੀ ਕਰਨੇ ਆਏ ਹੈਂ, ਆਪਣੇ ਰੱਬ ਕੋ ਰਾਜ਼ੀ ਕਰਨੇ ਆਏ ਹੈਂ, ਆਕਾ ਦੋ ਆਲਮ ਕੀ ਰਜ਼ਾ ਕੇ ਹਸੂਲ ਕੇ ਲਈ ਹਮ ਆਏ ਹੈਂ। ਤੋ ਹਜ਼ੂਰ ਕੀ ਰਜ਼ਾ ਕੇ ਤਾਲਿਬ ਬਣ ਕੇ ਆਜ ਕੇ ਇਸ ਇਜਤਮਾ ਮੇਂ ਆਨੇ ਵਾਲੋ, ਅਗਰ ਤੁਮ ਚਾਹਤੇ ਹੋ ਕਿ ਹਜ਼ੂਰ ਹਮ ਸੇ ਰਾਜ਼ੀ ਹੋ ਜਾਏ, ਅਗਰ ਬਦਕਿਸਮਤੀ ਸੇ ਕੋਈ ਬੇਨਮਾਜ਼ੀ ਹੈ
تو آج عزم کر کے جائے کہ آج کے بعد نماز نہیں چھوڑوں گا، اللہ کے رسول راضی ہو جائیں گے انشاءاللہ، چونکہ حضور نے نماز کو اپنی آنکھوں کی ٹھنڈک قرار دیا ہے، یہ حضور کے لیے راحت کا سبب تھا۔ تو پنج گانا نماز شعار زندگی رکھیں۔